ਸਤਿ ਸ਼੍ਰੀ ਅਕਾਲ ਦੋਸਤੋ, ਇਹ ਤੁਸੀਂ ਪਿੱਛੇ ਦੇਖ ਰਹੇ ਹੋ, ਇਹ ਕਿਲ੍ਹਾ ਹੈ। ਮਤਲਬ ਇਹ 1019 ਈਸਵੀ ਦਾ ਇਹ ਬਣਿਆ ਹੋਇਆ ਕਿਲ੍ਹਾ ਹੈ। ਇਹ ਜਗ੍ਹਾ ਹੈਗੀ ਜਸਰੋਟਾ, ਕਠੂਆ ਦੇ ਵਿੱਚ ਪੈਂਦੀ, ਜੰਮੂ ਦੇ ਵਿੱਚ। ਇੱਥੇ ਦਾ ਰਾਜਾ ਸੀ ਜਸਦੇਵ ਸਿੰਘ, ਜਿਹਦੇ ਨਾਂ 'ਤੇ ਜਗ੍ਹਾ ਦਾ ਨਾਂ ਪਿਆ ਸੀ, ਰਾਜਾ ਸੀ ਉਹਦਾ, ਇਹ ਰਾਜਾ ਸੀ ਪੂਰਾ ਇੱਥੇ ਦਾ। ਇਹ ਤੁਸੀਂ ਦੇਖੋ ਕਿੰਨੀ ਛੋਟੀ ਛੋਟੀ ਇੱਟਾਂ ਦੀ ਇਹ ਦੀਵਾਰ ਬਣੀ ਹੋਈ ਹੈ, ਅਤੇ ਇਹ ਇੰਨੀ ਚੌੜੀ ਦੀਵਾਰ ਹੈ। ਪਤਾ ਨਹੀਂ ਕਿਸ ਢੰਗ ਨਾਲ ਇਹਨਾਂ ਨੇ ਜੋ ਹੈ ਚਿਣਾਈ ਕੀਤੀ ਹੋਣੀ। ਹੁਣ ਇਹ ਖਤਰਗ੍ਰਸਤ ਹੋ ਗਿਆ ਪੂਰਾ, ਖਤਰਨਾਕ ਦੀ ਜਗ੍ਹਾ, ਜੰਗਲ ਦੇ ਵਿੱਚ ਪੂਰੇ। ਇੱਥੇ ਸਾਂਪ, ਐਨਾਕੋਂਡਾ ਔਰ ਚੀਤੇ ਵਗੈਰਾ ਵੀ ਹੈਗੇ। ਦੇਖੋ ਪੂਰੇ ਕਮਰੇ ਬਣੇ ਹੋਏ ਪਹਿਲਾਂ ਵਾਂਗੂ, ਦੇਖੋ ਇੱਥੇ ਸਾਰਾ ਦਿਖ ਰਿਹਾ ਵੀ ਇੱਥੇ ਪਹਿਲਾਂ ਕਦੇ ਕਮਰੇ ਹੋਣੇ ਬਣੇ ਹੋਏ। ਬਹੁਤ ਹੀ ਪਿਆਰੀ ਜਗ੍ਹਾ ਹੈ, ਦੇਖਣ ਵਾਲੀ ਜਗ੍ਹਾ, ਤੁਸੀਂ ਵੀ ਜ਼ਰੂਰ ਐਕਸਪਲੋਰ ਕਰਿਓ, ਬਹੁਤ ਵਧੀਆ ਜਗ੍ਹਾ ਹੈਗੀ। ਇੱਥੇ ਉੱਪਰ ਪੂਰਾ ਘਣਾ ਜੰਗਲ ਹੈ, ਉੱਥੇ ਰਾਜਾ ਦਾ ਕਿਲ੍ਹਾ ਵੀ ਹੈਗਾ, ਇਹਦੇ ਕੋਲ ਉਹਦਾ ਕੋਰਟ ਵੀ ਹੈਗਾ, ਪਰ ਉਹ ਬਹੁਤ ਦੂਰ ਹੈ ਇੱਥੋਂ। ਉੱਥੇ ਜਾਣਾ ਇਸ ਟਾਈਮ ਫਿਜੀਬਲ ਨਹੀਂ ਹੈ, ਸਵੇਰੇ ਆ ਕੇ ਜਾ ਸਕਦੇ ਹਾਂ, ਕਾਰ ਵਿੱਚ ਜਾ ਸਕਦੇ ਹਾਂ, ਕਿਉਂਕਿ ਚੀਤੇ ਔਰ ਜੰਗਲੀ ਜਾਨਵਰ ਹੈਗੇ ਇੱਥੇ। ਪਰ ਇਹ ਦੇਖੋ ਕਿੰਨੀ ਪਿਆਰੀ ਜਗ੍ਹਾ, ਕਿਸ ਤਰ੍ਹਾਂ ਮਤਲਬ ਦੇਖਣ ਵਾਲੀ ਚੀਜ਼ ਹੈ ਵੀ 1000 ਸਾਲ ਪੁਰਾਣੀ, 1000 ਸਾਲ ਨਹੀਂ, 1000 ਈਸਵੀ ਦੀ ਬਣੀ ਹੋਈ ਹੈ ਚੀਜ਼ਾਂ ਨੇ। ਇੱਥੇ ਸ਼ਿਵ ਮੰਦਿਰ ਵੀ ਹੈ, ਉਹਦੇ ਵੀ ਤੁਹਾਨੂੰ ਵੀਡੀਓ 'ਚ ਕਵਰ ਕਰਕੇ ਅਸੀਂ ਦਿਖਾਵਾਂਗੇ। ਬਹੁਤ ਹੀ ਪਿਆਰੀ ਜਗ੍ਹਾ ਹੈ, ਵੀਡੀਓ ਵਿੱਚ ਬਣੇ ਰਹੋ ਔਰ ਵੀਡੀਓ ਮੈਂ ਤੁਹਾਨੂੰ ਐਕਸਪਲੋਰ ਕਰਕੇ ਦਿਖਾਉਂਦਾ। ਸੋ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਉਸ ਜਗ੍ਹਾ 'ਤੇ ਜਿਹਦੀ ਅਸੀਂ ਗੱਲ ਕਰ ਰਹੇ ਸੀ। ਇਹ ਜਗ੍ਹਾ ਜਿੱਦਾਂ ਤੁਹਾਨੂੰ ਹੁਣ ਦੱਸਿਆ ਸੀ ਕਿ ਇਹ ਜਗ੍ਹਾ ਹੈਗੀ ਜਸਰੋਟਾ, ਕਠੂਆ ਦੇ ਵਿੱਚ ਪੈਂਦੀ ਹੈ ਇਹ ਜਗ੍ਹਾ ਪੂਰੀ। ਅਤੇ ਕਠੂਆ ਦੇ ਵਿੱਚ ਜਸਰੋਟਾ ਇਹ ਜਗ੍ਹਾ ਹੈ, ਰਾਜਾ ਜਸਦੇਵ ਸਿੰਘ ਦੇ ਨਾਂ 'ਤੇ ਇਹ ਜਗ੍ਹਾ ਬਣੀ ਹੋਈ ਹੈ। ਉਹਦਾ ਆਪਣਾ ਇੱਕ ਰਾਜਾ ਹੁੰਦਾ ਸੀ ਜੰਮੂ ਦੇ ਵਿੱਚ, ਜਸਰੋਟਾ ਰਾਜਾ ਉਹਨੇ ਬਣਾਇਆ ਸੀ। ਅਤੇ ਉਹਦੇ ਅਸੀਂ ਇਸ ਟਾਈਮ ਜੋ ਹੈਗੇ ਕੋਰਟ ਜਾਂ ਉਹਦਾ ਦਰਬਾਰ ਜਿੱਦਾਂ ਕਹਿ ਦਿੰਦੇ ਹਾਂ, ਉਹਦਾ ਕਿਲ੍ਹਾ ਹੈ, ਬਹੁਤ ਅੱਗੇ ਹੈ ਜੰਗਲ ਦੇ ਵਿੱਚ ਜਾ ਕੇ। ਇਹ ਜੋ ਜਗ੍ਹਾ ਹੈ ਸਾਰੀ ਉਹਦਾ ਦਰਬਾਰ ਹੈ, ਕੋਰਟ ਜਿਹਨੂੰ ਕਹਿ ਦਿੰਦੇ ਹਾਂ। ਇਹ ਕੁਛ ਤੁਸੀਂ ਬਿਲਡਿੰਗ ਦੇਖ ਰਹੇ ਹੋ, ਸਾਰਾ ਉਹਦਾ ਕੋਰਟ ਹੈ, ਉਸ ਜ਼ਮਾਨੇ ਦਾ ਬਣਿਆ ਹੋਇਆ। ਅੱਜ ਮਤਲਬ ਇਹ ਸਨ ਸੀਗਾ 1019 ਦੇ ਵਿੱਚ ਬਣਿਆ ਹੋਇਆ ਹੈ, ਇਹ ਪੂਰਾ ਕਿਲ੍ਹਾ ਹੈ ਬਣਿਆ ਹੋਇਆ। ਕਿਲ੍ਹੇ ਨੂੰ ਅਸੀਂ ਬਿਲਕੁਲ ਤੁਹਾਨੂੰ ਕੋਲ ਤੋਂ ਜਾ ਕੇ ਦਿਖਾਵਾਂਗੇ। ਅਤੇ ਇੱਧਰ ਇਹਦੀ ਝੀਲ ਹੈ, ਤਲਾਬ ਨਹਾਉਣੇ ਨਹਾਉਣੇ ਤਾਂ ਉਹਨੇ ਬਣਾਇਆ ਹੋਇਆ ਸੀ ਇੱਥੇ। ਦੇਖੋ ਇਹ ਝੀਲ ਵੀ ਉਸੇ ਟਾਈਮ ਦੀ ਹੈ, ਮੋਟੀ ਮੋਟੀ ਦੀਵਾਰਾਂ ਤੁਸੀਂ ਦੇਖੋਗੇ ਸਾਰੀ ਇੱਦਾਂ ਬਣੀ ਹੋਈ ਹੈ। ਇਸ ਤਰ੍ਹਾਂ ਦੀ ਕਈ ਝੀਲਾਂ ਉਹਨੇ ਬਣਾ ਰੱਖੀ ਸੀ ਆਪਣੇ ਰਾਜ ਦੇ ਵਿੱਚ। ਇੱਕ ਝੀਲ ਇਹ ਹੈ, ਇਹ ਕੋਰਟ ਦੇ ਨਾਲ ਹੀ ਹੈ, ਕੋਰਟ ਸੀ। ਅਤੇ ਹੁਣ ਤੁਸੀਂ ਵੀਡੀਓ ਵਿੱਚ ਬਣੇ ਰਹੋ, ਮੈਂ ਪੂਰਾ ਇਹ ਕੋਰਟ ਕਵਰ ਕਰਕੇ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗਾ। ਹਾਂ, ਲੇਕਿਨ ਅੱਗੇ ਨਹੀਂ ਇਸ ਵਾਰ ਜਾਵਾਂਗੇ, ਜੇ ਕਦੇ ਫਿਰ ਮੌਕਾ ਮਿਲਿਆ ਤਾਂ ਅੱਗੇ ਵੀ ਜਾਵਾਂਗੇ, ਕਿਉਂਕਿ ਅੱਗੇ ਜਾਣਾ ਡੇਂਜਰਸ ਹੈ, ਚੀਤੇ ਹੈਗੇ ਉੱਥੇ। ਅਤੇ ਅਗਲੀ ਵਾਰ ਦੇਖਾਂਗੇ, ਪਰ ਇਹ ਕਿਲ੍ਹਾ ਮੈਂ ਤੁਹਾਨੂੰ ਕਵਰ ਕਰਕੇ ਜ਼ਰੂਰ ਦਿਖਾਊਂਗਾ। ਦੇਖ ਕੇ ਰੂਹ ਖੁਸ਼ ਹੁੰਦੀ ਦੋਸਤੋ, ਮਤਲਬ ਇੰਨੀ ਪਿਆਰੀ ਜਗ੍ਹਾ, ਇੰਨਾ ਜਬਰ। ਹਾਂ ਦੇਖੋ, ਇਹ ਉਹਦੀ ਕੋਰਟ ਕਚਹਿਰੀ ਹੁੰਦੀ ਸੀ ਯਾਰ, ਕਿਆ ਨਜ਼ਾਰਾ ਹੋਣਾ ਉਸ ਟਾਈਮ ਰਾਜਿਆਂ ਦਾ, ਕਿਆ ਨਜ਼ਾਰਾ ਹੋਣਾ। ਦੇਖੋ ਤੁਸੀਂ, ਆਹ ਦੇਖੋ ਇੰਨੀ ਮੋਟੀ ਮੋਟੀ ਦੀਵਾਰਾਂ, ਕਿਹੜੀ ਟੈਕਨੋਲੋਜੀ ਨਾਲ ਬਣੀ। ਕੋਈ ਸਰੀਆ ਨਹੀਂ ਹੈਗਾ, ਜਿੱਦਾਂ ਅੱਜ ਕੱਲ੍ਹ ਸਰੀਏ ਦਾ ਯੂਜ਼ ਕਰਦੇ ਹਾਂ ਅਸੀਂ, ਸਰੀਆ ਕੋਈ ਨਹੀਂ ਹੈਗਾ, ਇੱਟਾਂ ਦੀ ਚਿਣਾਈ ਹੈ। ਦੇਖੋ ਕਮਾਲ ਹੈ, ਇਹ ਦਰਵਾਜ਼ੇ ਬਣੇ ਹੋਏ ਆ। ਅੱਜ ਕੱਲ੍ਹ ਅਸੀਂ ਦਰਵਾਜ਼ੇ ਬਣਾਉਂਦੇ ਨਾ, ਪਹਿਲਾਂ ਸਰੀਆ ਪਾਉਂਦੇ ਹਾਂ, ਬਿੰਬਾਂ 'ਚ ਸਰੀਆ ਪਾਉਂਦੇ ਹਾਂ, ਔਰ ਅੱਜ ਕੱਲ੍ਹ ਤਾਂ ਬਹੁਤ ਮੋਟਾ ਮੋਟਾ ਕਹਿੰਦੇ ਜੀ ਗਿਰ ਜਾਏਗਾ। ਦੇਖੋ ਆਹ ਦੇਖੋ, ਹਾਂ ਕਰ ਦਿੱਤੇ ਕਵਰ। ਇਹ ਦੇਖੋ ਕਿਆ ਬਾਤ ਹੈ, ਕਿਆ ਬਾਤ ਹੈ। ਅਬ ਯਹਾਂ ਉਹਨਾਂ ਦੇ ਕੋਈ ਦਰਬਾਰੀ ਕੋਈ ਬੈਠਦੇ ਹੋਣੇ, ਕੋਈ ਸੈਨਿਕ ਸਿਪੇ ਸਲਾਹ, ਕਿਆ ਬਾਤ ਹੈ, ਕਿਆ ਬਾਤ ਹੈ। ਦੇਖ ਕੇ ਰੂਹ ਖੁਸ਼ ਹੋ ਰਹੀ, ਬਹੁਤ ਹੀ ਪੁਰਾਣੀ ਜਗ੍ਹਾ ਹੈ, ਬਹੁਤ ਹੀ ਪੁਰਾਣਾ ਕਿਲ੍ਹਾ ਹੈ, ਅੱਜ ਵੀ ਖੜ੍ਹਾ ਹੈ, ਕਿੰਨੀ ਸਦੀਆਂ ਬੀਤ ਗਈ,
1000 ਈਸਵੀ ਕਦ ਹੋਇਆ, ਕਿੰਨੀ ਸਦੀਆਂ ਬੀਤ ਚੁੱਕੀ, ਅੱਜ ਵੀ ਇਹ ਕਿਲ੍ਹਾ ਖੜ੍ਹਾ ਹੈ ਆਪਣੀ ਬੁਨਿਆਦਾਂ ਦੇ। ਦੇਖੋ ਕਿਆ ਬਾਤ ਹੈ, ਕਿਆ ਕਮਾਲ ਹੈ, ਕਿਆ ਕਮਾਲ ਹੈ, ਅਦਭੁਤ, ਬਹੁਤ ਹੀ ਖੂਬਸੂਰਤ ਨਜ਼ਾਰਾ, ਅਦਭੁਤ। ਇਹ ਯਹਾਂ ਪੇ ਜਿਹੜੇ ਰਾਜੇ ਦੇ ਜਿਹੜੇ ਦਰਬਾਰ ਸੈਨਿਕ ਹੋਣੇ ਉਹਨਾਂ ਦੇ, ਦੇਖੋ ਆਪਣੇ ਯੁੱਧ ਜਾਂ ਕਿਸੇ ਬਾਹਰੀ ਹਮਲੇ ਤੋਂ ਆਪਣੀ ਰੱਖਿਆ ਕਰਨ ਵਾਸਤੇ ਚੀਜ਼ਾਂ ਬਣਾਈਆਂ ਹੋਈਆਂ ਸੀ। ਆਹ ਦੇਖੋ ਇਹ ਪੂਰੇ ਮੋਰਚੇ ਲਗਾਉਣ ਵਾਸਤੇ ਜਾਂ ਕੋਈ ਆਕਰਮਣ ਕਰਦੇ, ਜਿੱਦਾਂ ਸੈਨਿਕ ਇੱਥੇ ਬੈਠਦੇ ਹੋਣੇ ਕਦੇ ਆਪਣੇ ਲੜਨੇ ਦਾ ਸਮਾਨ ਲੈ ਕੇ। ਕਿਆ ਬਾਤ ਹੈ, ਕਿਆ ਬਾਤ ਹੈ, ਅਦਭੁਤ ਚੀਜ਼ ਹੈ ਬਾਈ, ਅਦਭੁਤ। ਅੱਛਾ ਇੱਕ ਚੀਜ਼ ਹੋਰ ਹੈ, ਕੁਦਰਤ ਦਾ ਨਜ਼ਾਰਾ ਤੁਸੀਂ ਦੇਖੋ। ਆਹ ਪੇੜ ਦੇਖੋ ਕਿੱਥੇ, ਆਹ ਬਿਲਕੁਲ ਉੱਪਰ ਪੇੜ, ਕਿੰਨੀ ਉੱਚਾਈ 'ਤੇ ਦੀਵਾਰ ਹੈ, ਦੀਵਾਰ ਦੇ ਉੱਪਰ ਪੇੜ ਹੈ। ਇਹ ਦੇਖੋ ਕਿਆ ਬਾਤ ਹੈ, ਕਿਆ ਬਾਤ ਹੈ। ਹਾਲਾਂਕਿ ਇੱਥੇ ਦੀ ਸਰਕਾਰ ਨੂੰ ਚਾਹੀਦਾ ਕਿ ਇਹਦੀ ਰੱਖਿਆ ਜਾਂ ਇਹਦੀ ਮੈਂਟੇਨੈਂਸ ਕੇਅਰ ਕਰਨੀ ਚਾਹੀਦੀ। ਇਸ ਸਾਈਡ ਦੇਖੋ ਜੰਗਲੀ ਜੰਗਲ ਹੈ ਪੂਰਾ, ਇੱਧਰ ਪੂਰਾ ਜੰਗਲ ਹੈ। ਉਹ ਪੇੜ ਦੇਖੋ, ਪੇੜ ਦੀ ਜੜ੍ਹਾਂ ਦੇਖੋ, ਇਹ ਪੇੜ ਕਿੱਥੋਂ ਸ਼ੁਰੂ ਹੋ ਰਿਹਾ ਅਤੇ ਅੱਗੇ ਪੇੜ ਜੁੜੇ ਹੋਏ, ਫਿਰ ਪੇੜ ਬਣ ਗਿਆ, ਟਾਹਣੀ ਦਾ ਫਿਰ ਪੇੜ ਬਣ ਗਿਆ। ਆਹ ਦੇਖੋ ਅੱਗੇ ਆ ਫਿਰ ਪੇੜ ਬਣ ਗਿਆ, ਆਹ ਫਿਰ ਪੇੜ ਬਣ ਗਿਆ, ਅੱਗੇ ਤਾਂ ਅੱਗੇ ਇੱਦਾਂ ਜਾ ਰੱਖੀ ਹੈ, ਜੁੜੇ ਹੋਏ ਆ, ਪਿੱਛੇ ਜੰਗਲ ਹੀ ਆ ਪੂਰਾ। ਇਹ ਦੇਖੋ ਬਾਹਰ ਤੋਂ ਦੀਵਾਰਾਂ ਦੇਖੋ, ਪੂਰਾ ਕਲਾਕਾਰੀ ਹੋ ਰੱਖੀ ਹੈ। ਦੇਖੋ ਤੁਸੀਂ ਆਹ ਪੂਰੀ ਕਲਾਕਾਰੀ ਹੈ ਉਸ ਟਾਈਮ ਦੀ ਵੀ, ਕਿੰਨਾ ਵੱਡਾ ਉਹ ਰਾਜਾ ਹੋਣਾ ਜਾਂ ਕਿਆ ਉਹਦਾ ਸਿਸਟਮ ਹੋਣਾ। ਦੇਖੋ ਜੀ ਇਹ ਇਤਿਹਾਸ ਨੂੰ ਦਰਸਾਉਂਦੀ ਹੋਈ ਇਹ ਚੀਜ਼ਾਂ ਦਿਲ 'ਚ ਇੱਕ ਬੜੀ। ਇਹ ਦੇਖੋ ਆਹ ਕਲਾਕਾਰੀ ਦੇਖੋ, ਮੀਨਾਕਾਰੀ ਕਲਾਕਾਰੀ ਕਹਿ ਦਿੰਦੇ ਹਾਂ ਜਿੱਦਾਂ। ਦੇਖੋ ਆਹ ਕਿਆ ਉਹ ਕਲਰ ਹੋਣਾ, ਕਿਆ ਉਹ ਪੇਂਟ ਹੋਣਾ। ਦੇਖੋ ਅੱਜ ਵੀ ਪੇਂਟ ਬਰਕਰਾਰ ਹੈ ਉਹ ਪੇਂਟ, ਦੇਖੋ ਤੁਸੀਂ ਪਲਸਤਰ ਹੋ ਰੱਖਿਆ ਹੈ, ਪਲਸਤਰ ਦੇ ਉੱਪਰ ਪੇਂਟਿੰਗ ਹੋ ਰੱਖੀ ਹੈ। ਕਿਆ ਬਾਤ ਹੈ, ਕਲਰ ਪੱਤੀ ਬਣਾਇਆ। ਇਹ ਦੇਖੋ ਆਪ ਕਲਾਕਾਰੀ ਦੇਖੋ, ਕਿਆ ਜ਼ਬਰਦਸਤ। ਦੋਸਤੋ ਹੁਣ ਦੇਖੋ ਤੁਸੀਂ, ਤੁਹਾਨੂੰ ਪੂਰਾ ਕਿਲ੍ਹਾ ਦਿਖਾਉਂਦੇ ਹਾਂ। ਕਿਲ੍ਹੇ ਦੀ ਦੀਵਾਰਾਂ ਦੇਖੋ, ਇਹ ਕਿੰਨੇ ਸਾਲ ਪੁਰਾਣਾ ਇਹ ਬਣਿਆ ਹੋਇਆ ਕਿਲ੍ਹਾ ਹੈ, ਪਰ ਅੱਜ ਵੀ ਖੜ੍ਹਾ। ਦੇਖੋ ਮਹਾਰਾਜ ਕੀ ਜੈ, ਅੱਜ ਵੀ ਇਹ ਖੜ੍ਹਾ ਹੈ। ਮਤਲਬ ਦੇਖੋ ਵੀ ਕਿਹੜੀ ਟੈਕਨੋਲੋਜੀ ਨਾਲ ਇਹ ਬਣਿਆ ਹੋਣਾ, ਕਿਆ ਮਟੀਰੀਅਲ ਇਹਦੇ ਵਿੱਚ ਯੂਜ਼ ਹੋਣਾ। ਦੇਖੋ ਪਲਸਤਰ ਵੀ ਹੋ ਰੱਖਿਆ ਉਹਦੇ ਉੱਪਰ, ਪਹਿਲਾਂ ਚੂਨੇ ਦੇ ਪਲਸਤਰ ਹੁੰਦੇ ਤੇ। ਇਹ ਦੇਖੋ ਵਾਓ, ਮਨ ਖੁਸ਼ ਹੋ ਗਿਆ ਦੇਖ ਕੇ ਨਾ। ਮਤਲਬ ਅਸੀਂ ਕਿਆ ਜ਼ਿੰਦਗੀ ਜੀ ਰਹੇ, ਭੀੜ ਭੜਾਕਾ ਯੇ ਵੋ। ਇਹ ਦੇਖੋ ਜੰਗਲ ਦੇ ਵਿੱਚ ਰਾਜੇ ਨੇ ਆਪਣਾ ਮਹਿਲ ਬਣਾਇਆ ਹੋਇਆ, ਕਿਆ ਬਾਤ ਹੈ। ਇਹ ਦੇਖੋ ਦੇਖਣ ਵਾਲੀ ਜਗ੍ਹਾ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਦੀਵਾਰਾਂ ਬਿਆਨ ਕਰ ਰਹੀਆਂ ਨੇ, ਗਵਾਹੀ ਦੇ ਰਹੀ ਨੇ ਕਿ ਇੱਥੇ ਕਿੰਨਾ ਵਧੀਆ ਰਾਜੇ ਦਾ ਸ਼ਾਸਨ ਕਾਲ ਹੋਣਾ। ਇਹ ਦੇਖੋ ਕਿੰਨੀ ਉੱਚੀ ਉੱਚੀ ਦੀਵਾਰਾਂ ਨੇ। ਤੁਸੀਂ ਬਾਹੂਬਲੀ ਮੂਵੀ ਦੇਖੀ ਹੋਣੀ, ਉਹਦੇ ਵਿੱਚ ਉਹ ਆਰਟੀਫਿਸ਼ੀਅਲ ਦਿਖਾਉਂਦੇ ਆ ਸਾਰਾ ਕੁਝ। ਇਹ ਦੇਖੋ ਇਹ ਰੇਲ 'ਚ ਇਹ ਕਿਲ੍ਹੇ ਹੁੰਦੇ ਸੀ, ਆਹ ਦੇਖੋ ਕਿਲ੍ਹੇ। ਅਤੇ ਆਹਦੇ ਦੇਖੋ ਹੁਣ ਤੱਕ ਚੂਨਾ ਵੀ ਜਾਂ ਪਲਸਤਰ ਕਹਿ ਲਓ ਤੁਸੀਂ, ਚੂਨੇ ਦਾ ਪਲਸਤਰ ਹੁੰਦਾ ਸੀ। ਆਹ ਦੇਖੋ ਅੰਦਰ ਚੱਲਦੇ ਹਾਂ, ਇਹ ਕੋਰਟ ਸੀ ਰਾਜੇ ਦਾ, ਕੋਰਟ ਜਿਹਨੂੰ ਦਰਬਾਰ ਕਹਿ ਦਿੰਦੇ ਹਾਂ, ਕਚਹਿਰੀ ਕਹਿ ਦਿੰਦੇ ਹਾਂ। ਇਹ ਦੇਖੋ ਹਾਲਾਂਕਿ ਦੀਵਾਰਾਂ ਦੇ ਉੱਪਰ ਪੇੜ ਉੱਗ ਚੁੱਕੇ ਆ, ਪਰ ਇੱਕ ਹਿਸਟਰੀ ਬਿਆਨ ਕਰਦੇ ਆ। ਦੇਖੋ ਕਿੰਨੀ ਚੌੜੀ ਦੀਵਾਰ ਹੈ, ਇਹ ਦੀਵਾਰ ਦੀ ਚੌੜਾਈ ਦੇਖੋ ਤੁਸੀਂ, ਆਹ ਕਿੰਨੀ ਚੌੜੀ ਦੀਵਾਰ ਹੈ।
ਤੇ ਕਿੰਨਾ ਇਹਦੇ ਬਾਰੇ ਡਿਜ਼ਾਈਨਿੰਗ ਦੇਖੋ, ਆਹ ਦੇਖੋ ਕਿਆ ਡਿਜ਼ਾਈਨਿੰਗ ਕਲਾਕਾਰੀ ਹੋ ਰੱਖੀ, ਆਹ ਦੇਖੋ, ਆਹ ਦੇਖੋ, ਆਹ ਹੁਣ ਥੋੜ੍ਹੀ ਕਰਦੀ ਕਿਸੇ ਨੇ, ਉਸੇ ਟਾਈਮ ਦੀ ਹੈ ਸਾਰੀ। ਪੇਂਟ ਦੇਖੋ ਉੱਦਾਂ ਦਾ ਉੱਦਾਂ ਪੇਂਟ ਹੈ, ਕਲਰ ਦਿਖ ਰਿਹਾ ਉਹਦੇ 'ਚ, ਬਲੂ ਰੈੱਡ ਕਲਰ ਦਿਖਾਈ ਦੇ ਰਿਹਾ, ਇਹ ਦੇਖੋ। ਹਾਲਾਂਕਿ ਖੰਡਰ ਬਣ ਚੁੱਕੇ ਹਾਂ, ਲੇਕਿਨ ਬਹੁਤ ਹੀ ਪਿਆਰੀ ਜਗ੍ਹਾ, ਦੇਖਣ ਵਾਲੀ ਜਗ੍ਹਾ, ਆਹ ਦੇਖੋ, ਲੋਕਾਂ ਨੇ ਆਪਣਾ ਨਾਮ ਵੀ ਲਿਖ, ਆਹ ਦੇਖੋ ਕਿਆ ਪਿਆਰੀ ਜਗ੍ਹਾ। ਇਹ ਦੀਵਾਰ ਦੇਖੋ, ਆਹ ਬਾਹਰੀ ਦੀਵਾਰ ਹੈ, ਆਜ ਵੀ ਪੂਰੀ ਬਰਕਰਾਰ ਹੈ, ਵੈਸੇ ਦੇਖੋ ਪੂਰੀ ਦੀਵਾਰ। ਪਤਾ ਨਹੀਂ ਉਹ ਤਾਂ ਇੱਧਰ ਵਾਲੀ ਦੀਵਾਰ ਦੇਖਦੇ ਹਾਂ, ਜੇ ਸੇਫ ਹੋਇਆ ਤਾਂ ਥੋੜ੍ਹਾ ਜਿਹਾ ਜਾ ਕੇ ਇੱਧਰ ਵਾਲਾ ਵੀ ਦੇਖਦੇ ਹਾਂ, ਇਹ ਬਹੁਤ ਪਿਆਰਾ ਲੱਗ ਰਿਹਾ ਇੱਧਰ। ਲੇਕਿਨ ਇਹ ਹੈ ਵੀ ਥੋੜ੍ਹੇ ਅਸਤਰ ਸਸਤਰ ਹੋਣੇ ਚਾਹੀਦੇ ਸਾਡੇ ਕੋਲ, ਆਹ ਦੇਖੋ ਉਹਦੇ ਵਿੱਚ, ਉਹ ਦੇਖੋ ਲੋਹੇ ਦੇ ਕੁੰਡੇ ਲੱਗੇ ਹੋਏ, ਆਹ ਦੇਖੋ ਲੋਹੇ ਦੇ ਕੁੰਡੇ ਲੱਗੇ ਹੋਏ, ਇਹ ਸਾਰੇ 'ਚ ਹੈਗੇ ਲੋਹੇ ਦੇ ਕੁੰਡੇ ਲੱਗੇ ਹੋਏ, ਦੇਖੋ ਕਿਆ ਬਾਤ ਹੈ, ਕਿਆ ਬਾਤ ਹੈ। ਔਰ ਉੱਪਰ ਪੇੜ ਵੀ ਹੈਗਾ, ਦੇਖੋ ਕਿੰਨੀ ਹਾਈਟ 'ਤੇ ਇਹ ਦੀਵਾਰ ਨੀਚੋਂ ਸ਼ੁਰੂ ਹੋ ਕੇ ਕਿੰਨੀ ਹਾਈਟ 'ਤੇ ਆ, ਉਹਦੇ ਉੱਪਰ ਫਿਰ ਪੇੜ ਹੈ, ਆਹ ਦੇਖੋ। ਇਹਦੀ ਮੈਂਟੇਨੈਂਸ ਨਹੀਂ ਹੋ ਰੱਖੀ, ਅਗਰ ਸਰਕਾਰ ਚਾਹੁੰਦੀ ਤਾਂ ਇਹਨੂੰ ਐਜ਼ ਆ ਮਿਊਜ਼ੀਅਮ। ਇਹ ਡਿਜ਼ਾਈਨਿੰਗ ਦੇਖੋ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਕਲਾਕਾਰੀ ਦੇਖੋ ਤੁਸੀਂ ਪੂਰੀ, ਵਾਹ ਜੀ ਵਾਹ। ਆਹ ਦੇਖੋ ਫੁੱਲ, ਇਹ ਆਹ ਦੇਖੋ, ਆਹ ਕਲਾਕਾਰੀ ਦੇਖੋ, ਕਿਆ ਬਾਤ ਹੈ, ਅਤੇ ਕਲਰ ਵੀ ਦਿਖ ਰਿਹਾ ਜੀ ਉਹਦੇ ਵਿੱਚ, ਇਹ ਦੇਖੋ ਆਹ ਕਲਾਕਾਰੀ ਵੀ ਦੇਖੋ ਜੀ ਇੱਥੇ ਨਾ, ਆਹ ਡਿਜ਼ਾਈਨਿੰਗ ਦੇਖੋ, ਆਹ ਡਿਜ਼ਾਈਨਿੰਗ ਦੇਖੋ, ਆਹ ਵਾਲੀ ਡਿਜ਼ਾਈਨਿੰਗ ਦੇਖੋ। ਅਬ ਇਹ ਦੇਖੋ, ਇਹ ਉਹ ਰਾਸਤਾ ਥਾ ਜੋ ਅੰਦਰ ਸੇ ਹਮ ਦਿਖਾ ਰਹੇ ਥੇ, ਯਹਾਂ ਨਿਕਲਤਾ ਹੈ ਉਹ ਰਾਸਤਾ। ਬੰਕਰ ਬਣਾ ਹੁਆ ਅੰਦਰ ਸੇ ਕੁਛ ਨਹੀਂ, ਉਹ ਬੰਕਰ ਵਹਾਂ ਖੜਾ ਹੋਣੇ ਕਾ, ਇਹ ਬੰਕਰ ਟਾਈਪ ਹੈ ਬਣਿਆ ਹੋਇਆ, ਵੈਸੇ ਡਰ ਲੱਗ ਰਿਹਾ ਇੱਥੇ ਆਉਣ 'ਚ। ਆਹ ਦੇਖੋ ਇੱਥੇ ਸੈਨਿਕ ਖੜ੍ਹੇ ਹੁੰਦੇ ਹੋਣੇ, ਆਹ ਉੱਪਰ ਦੀ ਡਿਜ਼ਾਈਨਿੰਗ ਦੇਖੋ, ਲੈਂਟਰ ਅੱਜ ਕੱਲ੍ਹ ਪਾਉਂਦੇ ਆ ਜਿੱਦਾਂ ਲੈਂਟਰ, ਆਹ ਦੇਖੋ ਲੈਂਟਰ ਦਾ ਹਿਸਾਬ ਦਾ ਦੀਵਾਰਾਂ ਦੇਖੋ, ਇੱਟਾਂ ਨਾਲ ਬਣਿਆ ਹੋਇਆ ਹੈ, ਲੈਂਟਰ ਕੋਈ ਨਹੀਂ ਹੈਗਾ, ਕੋਈ ਸਰੀਆ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। ਦੇਖੋ ਕਿਸ ਤਰ੍ਹਾਂ ਇਹਦੇ 'ਚੋਂ ਨਿਕਲ ਕੇ ਆਉਂਦੇ ਹੋਣੇ, ਇਹ ਪਰਾਂ ਤੋਂ ਅਸੀਂ ਆਏ ਹਾਂ, ਆਹ ਦੇਖੋ ਪੂਰੇ ਬੰਕਰ ਟਾਈਪ ਹੈ। ਇਹ ਛੱਤ ਦੇਖਣ ਵਾਲੀ ਆ, ਦੇਖੋ ਆਹ ਛੱਤ ਪੂਰੀ ਕਵਰ ਹੈ, ਇਸ ਪੂਰੇ ਇਹ ਪੂਰੇ ਜੰਗਲ 'ਚ ਤੁਹਾਨੂੰ ਇਹੋ ਜਿਹੇ ਉਸ ਰਾਜੇ ਦੇ ਬਣਾਏ ਹੋਏ ਹੈ, ਇਹ ਚੀਜ਼ਾਂ ਮਿਲ ਜੂਗੀ ਤੁਹਾਨੂੰ। ਦੇਖੋ ਇੱਥੇ ਵੀ ਕੁਛ ਬਣਿਆ ਹੋਇਆ ਹੈ, ਇਹ ਮਤਲਬ ਇੱਥੇ ਥੋੜ੍ਹਾ ਜਿਹਾ ਰਿਸਕੀ ਹੋ ਸਕਦਾ, ਇਹ ਦੇਖੋ। ਹਾਲਾਂਕਿ ਇਹ ਦੇਖੋ ਅੰਦਰ ਹੈ ਦੇਖਣ ਵਾਲੀ ਚੀਜ਼ ਪੂਰੀ, ਇਹ ਕੁਛ ਬਣਿਆ ਹੋਇਆ ਪੂਰਾ ਰਾਜੇ ਦਾ ਹੀ, ਉਸ ਟਾਈਮ ਦਾ ਹੀ ਬਣਿਆ ਹੋਇਆ। ਦੇਖੋ ਇੱਧਰ ਬਹੁਤ ਮੋਟੀ ਦੀਵਾਰ ਹੈ, ਅਤੇ ਇਹ ਵੀ ਕੁਛ ਇੱਧਰ ਬਣਿਆ ਹੋਇਆ ਹੈ, ਇਹ ਇੱਧਰ ਵਾਲੀ ਚੀਜ਼ ਮੈਂ ਅੱਗੇ ਤੋਂ ਦਿਖਾਉਂਦਾ। ਔਰ ਜਦ ਅਸੀਂ ਅੰਦਰ ਐਂਟਰ ਕਰਦੇ ਹਾਂ ਨਾ, ਇਹ ਦੇਖੋ ਇੱਥੇ ਵੀ ਕੁਛ ਬਣਿਆ ਹੋਇਆ ਹੈ, ਹੁਣ ਇਹ ਕਿਆ ਚੀਜ਼ ਹੈ ਉਹ ਪਤਾ ਨਹੀਂ, ਇਹ ਦੇਖੋ ਥੋੜ੍ਹਾ ਜਿਹਾ ਦੇਖ ਸਕਦੇ ਹਾਂ ਜਾ ਕੇ, ਜ਼ਿਆਦਾ ਤੋਂ ਅੰਦਰ ਨਹੀਂ ਜਾਏਂਗੇ ਇੱਧਰ। ਇਹ ਦੇਖੋ ਜੀ ਕਿੰਨਾ ਵਧੀਆ, ਹਾਂ ਇੱਥੇ ਦੇਖੋ ਕੁਛ ਨਾ ਕੁਛ ਤਾਂ ਇਹ ਅਖਾੜਾ ਖੁੜਾ ਲੱਗ ਰਿਹਾ, ਕੁਛ ਰਾਜੇ ਨੇ ਬਣਾਇਆ ਹੋਣਾ ਉਸ ਟਾਈਮ। ਦੇਖੋ ਇਹ ਪੂਰੇ ਜੰਗਲ ਦੇ ਵਿੱਚ, ਪੂਰੇ ਜੰਗਲ ਦੇ ਵਿੱਚ ਕੁਛ ਨਾ ਕੁਛ ਬਣਿਆ ਹੋਇਆ ਹੈ। ਇਹ ਦੇਖੋ ਆਪ, ਸਾਰਾ ਛੋਟੀ ਬੜੀ ਇੱਟੋਂ ਦਾ ਬਣਿਆ ਹੋਇਆ ਹੈ ਪੂਰਾ। ਇਹ ਦਰਵਾਜ਼ਾ ਹੈ, ਗੇਟ, ਇਹ ਮਤਲਬ ਇੱਥੋਂ ਤੋਂ ਉਸ ਦਾ ਰਾਜੇ ਦਾ ਇਹ ਸ਼ੁਰੂ ਹੁੰਦਾ ਸੀ, ਇਸ ਤਰਫ ਅਸੀਂ ਜਾਣਾ ਇੱਧਰੋਂ ਆਏ ਪਿੰਡੋਂ, ਇਹ ਰਾਜੇ ਦਾ ਬਣਿਆ ਹੋਇਆ ਸੀ ਕੁਛ ਇੱਥੇ। ਦੇਖੋ
ये देखो। तो इस साइड ये देखो जब असी एंटर होंगे हाँ ये इस तरह दरबार है, ये किले इतों रियासत कह लो शुरू होंगी होनी है। देखो इधर पूरी इधर बाउंड्री है, ये देखो जिहड़ी राजे दे किले दे विच जांदी है दरवाजा होना उस टाइम इत्थे गेट गूट लगता होना बड़ा सारा। आ देखो जी पूरा इधर तक गया होया पता नहीं कित्थे तक। तो ये तुसी रस्ता देखोगे ना ये भी पक्का है, तो ये भी मैनूं लगता उस टाइम का बनया होया। तो हुण इत्थों चलते हैं जी, अनेरा लग गया हुण इत्थे रुकने का फायदा नहीं है क्योंकि यह रिस्की हो सकता है। आ देखो यह उस टाइम दी है इट्टां देख सकते हो तुसी उस टाइम दी, इधर ये पिछे व्यू देखो। तो दोस्तों ये थोनू वीडियो कैसी लगी मैनू लाइक तो कमेंट करके जरूर दस्यो। तो फिर मिलते हैं एक नई वीडियो दे विच नई जगह दे विच, तद तक तुसी बने रहो ते वीडियो पूरी देखो ते वधिया लगी तो अपने दोस्तों नाल जरूर शेयर कर लियो ते मेरे यूट्यूब चैनल ते फेसबुक पेज नू जरूर तुसी फॉलो ते सबसक्राइब कर लियो। थैंक यू।